ਤੋ ਸਤਸੰਗਤ ਜੀ, ਇੱਕ ਦਿਨ ਨਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਜਾ ਰਹੀ ਹੈ ਅਤੇ ਜਾਂਦੇ ਜਾਂਦੇ ਬਾਣੀ ਗਾਉਂਦੇ ਜਾਂਦੇ ਨੇ ਅਤੇ ਮੇਰੇ ਪਾਤਸ਼ਾਹ ਦੀ ਬਾਣੀ ਇੱਦਾਂ ਦੀ ਹੈ। ਪਹਿਲੀ ਪੰਗਤੀ ਮੈਂ ਸ਼ੁਰੂਆਤ ਕਰੀ ਸੀ, ਅੰਮ੍ਰਿਤ ਬਾਣੀ, ਬੋਲੋ ਸਾਰੇ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ। ਸਾਰੀ ਸੰਗਤ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਿਹੜਾ ਵੀ ਸੁਣਦਾ ਤੇ ਅੱਗੇ ਕੀ ਹੁੰਦਾ, ਜਲਨ ਬੁਝੀ ਸੀਤਲ ਹੋਏ, ਤਪਦੇ ਹਿਰਦਿਆਂ ਨੂੰ ਠਾਰ ਦਿੰਦੀ ਹੈ ਬਾਣੀ, ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਦਿੰਦੀ ਹੈ। ਪ੍ਰੇਮੀਆਂ ਦੇ ਨਾ ਕੋਲ ਦੀ ਲੰਘਣ ਲੱਗੇ ਤੇ ਕੰਨਾਂ 'ਚ ਆਵਾਜ਼ਾਂ ਪਈਆਂ ਬਾਣੀ ਦੀਆਂ, ਅਤੇ ਜਿੰਨਾ ਚਿਰ ਬਾਣੀ ਦੀਆਂ ਆਵਾਜ਼ਾਂ ਪੈਂਦੀਆਂ ਰਹੀਆਂ ਨਾ, ਪ੍ਰੇਮੀਆਂ ਦੇ ਸਾਰੇ ਦਰਦ ਹਟ ਗਏ। ਕਹਿ ਦੋ ਵਾਹਿਗੁਰੂ। ਮਨ ਨੂੰ ਟਿਕਾਓ ਮਿਲ ਗਿਆ, ਮਨ ਨੂੰ ਸ਼ਾਂਤੀ ਮਿਲ ਗਈ, ਅਤੇ ਜਦੋਂ ਦੂਰ ਲੰਘ ਗਏ ਸਿੱਖ ਬਾਜ ਘਟ ਗਈ ਤਾਂ ਸਤਸੰਗਤ ਜੀ, ਪ੍ਰੇਮੀ ਨੂੰ ਫਿਰ ਦਰਦ ਸ਼ੁਰੂ ਹੋ ਗਿਆ ਜਿੰਨਾ ਚਿਰ ਬਾਣੀ ਸੁਣਦਾ ਰਿਹਾ। ਅੱਜ ਅਸੀਂ ਬਾਣੀ ਸੁਣਨ ਤੋਂ ਭੱਜਦੇ ਹਾਂ, ਮਾਫ਼ ਕਰਿਓ ਮੈਨੂੰ। ਕਿਸੇ ਦੇ ਘਰੇ ਖਣਪੜ ਸਾਹਿਬ ਪ੍ਰਕਾਸ਼ ਹੋਵੇ ਨਾ, ਕਿਸੇ ਦੇ ਘਰੇ ਖਣਪੜ ਸਾਹਿਬ ਪ੍ਰਕਾਸ਼ ਹੋਵੇ, ਉਹ ਕਹਿਣਗੇ ਜੀ ਸਪੀਕਰ ਨਾ ਵਾਲਾ ਲਾਇਓ ਕੰਨ 'ਚ। ਅੱਜ ਕੱਲ੍ਹ ਤਾਂ ਦਿਲ ਹੀ ਬੜੇ ਛੋਟੇ ਹੋ ਗਏ, ਕਹਿੰਦੇ ਜੀ ਧੜਕਣਾ ਵੱਧ ਜਾਂਦੀ ਹੈ ਅਤੇ ਡੀ ਜੇ ਰਾਤ ਨੂੰ ਭਾਵੇਂ 2 ਵਜੇ ਤੱਕ ਚਲੀ ਜਾਵੇ, ਕੋਈ ਨਹੀਂ ਕਹਿੰਦਾ ਬੰਦ ਕਰ ਦਿਓ, ਕੋਈ ਕਹਿੰਦਾ? ਸਾਰਾ ਟੱਬਰ ਨਹਾ ਬੀਬੀਆਂ ਤੱਕ ਸਾਰੇ ਨੱਚਦੇ ਨੇ। ਮੈਂ ਪਿੱਛੇ ਜੇ ਦਸੰਬਰ ਦਾ ਮਹੀਨਾ ਬਿਮਾਰ ਹੋ ਗਿਆ, ਗੁਰਪੁਰਬ 'ਤੇ ਸਮਾਗਮ ਸੀ, ਜ਼ਿਆਦਾ ਦਿਨ ਰਾਤ ਚੱਲਦੇ ਰਹੇ, ਮੁੜ ਕੇ ਬਿਮਾਰ ਹੋ ਗਿਆ। ਇੱਕ ਤਾਂ ਸਰੀਰ ਬਿਮਾਰ ਵੈਸੇ, ਇੱਕ ਗਵਾਂਢੀਆਂ ਦੇ ਡੀ ਜੇ ਲੱਗਾ ਵਾ, ਮੈਂ ਦਵਾਈ ਵੀ 2-3 ਵਾਰੀ ਲਈ ਵੀ ਕੀ ਆ ਨੀਂਦ ਹੀ ਆ ਜੇ, ਪਰ ਮਾਂ ਦੇ ਸ਼ੇਰਾਂ ਨੇ ਸੌਣ ਨਹੀਂ ਦਿੱਤਾ। ਅਤੇ ਸਾਡੀ ਗੱਲ ਇੱਦਾਂ ਦੀ ਹਾਲਾਤ ਬਣ ਗਈ, ਅੰਮ੍ਰਿਤ ਕੌੜਾ ਬਿਖਿਆ ਮਿੱਠਾ, ਬੋਲੋ ਅੰਮ੍ਰਿਤ ਕੌੜਾ ਬਿਖਿਆ ਮਿੱਠਾ, ਜ਼ਹਿਰ ਨੂੰ ਮਿੱਠਾ ਸਮਝਦੇ ਹਾਂ, ਅੰਮ੍ਰਿਤ ਨੂੰ ਕੌੜਾ ਕਹੀ ਜਾਂਦੇ ਹਾਂ। ਫਿਰ ਭਾਲਦੇ ਹਾਂ ਸੁੱਖ ਗੁਰਦੁਆਰੇ ਬਾਬੇ ਕੋਲ ਆ ਕੇ, ਕਰ ਦਿਓ ਜੀ ਅਰਦਾਸ, ਸਾਡੀ ਬੜਾ ਦੁੱਖ ਲੱਗਿਆ ਹੋਇਆ। ਫਿਰ ਗੁਰਬਾਣੀ ਪੜ੍ਹਿਆ ਕਰੋ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਦੇ ਲੱਗਣ ਜਨਮ ਬਜੋਗ। ਪਰਮੇਸ਼ਰ ਤੋਂ ਟੁੱਟ ਕੇ ਫਿਰ ਦੁੱਖ ਹੀ ਦੁੱਖ ਹੈ, ਸੁੱਖ ਤਾਂ ਗੁਰੂ ਕੋਲ ਹੀ ਆ ਕੇ ਮਿਲਣਾ। ਬਹੁਤ ਸਾਡੇ ਇੱਦਾਂ ਦੇ ਹਿਰਦੇ ਹੋ ਗਏ ਨੇ, ਕਹਿੰਦੇ ਜੀ ਬਾਣੀ ਕੰਨ 'ਚ ਨਾ ਪਵੇ, ਬਾਣੀ ਕੰਨ 'ਚ ਨਾ ਆਵੇ, ਇੱਥੋਂ ਤੱਕ ਕਰਦੇ ਹਾਂ ਅਸੀਂ। ਕਿਸਦੇ ਘਰੇ ਅਖੰਡ ਪਾਠ ਸਾਹਿਬ ਹੋਵੇ, ਉਹ ਕਹਿਣਗੇ ਜੀ ਭੋਗ ਵਾਲੇ ਦਿਨ ਸਪੀਕਰ ਲਾ ਲਵਾਂਗੇ, ਉਦੋਂ ਤਾਂ ਲਾਵਾਂਗੇ ਵੀ ਇਕੱਠ ਕਰਨਾ, ਫਿਰ ਲੋਕਾਂ 'ਚ ਦਿਖਾਉਣਾ ਵੀ ਸਾਡੇ ਕਿੰਨਾ ਇਕੱਠ ਹੋਇਆ। ਉਦੋਂ ਪਹਿਲਾਂ ਨਹੀਂ ਕਿਸੇ ਨੇ ਸਪੀਕਰ ਲਾਉਣਾ। ਕੱਲ੍ਹ ਮੈਂ ਕਿਸੇ ਕੀਰਤਨ ਕਰਦਾ ਸੀ ਅਤੇ ਸਪੀਕਰ ਵਾਲਾ ਵਿਚਾਰਾ ਮੇਰੇ ਨਾਲ ਲੜ ਪਿਆ, ਗੁੱਸੇ ਹੋ ਗਿਆ। ਮੈਂ ਕਹਿਤੀ ਇਹ ਗੱਲ, ਮੈਂ ਖੈਰ ਆਵਾਜ਼ ਨਹੀਂ ਸੁਣੀ, ਮੈਂ ਇੱਥੇ ਆਇਆ, ਸਾਡੇ ਆਪਦੇ ਨਗਰ 'ਚ ਹੀ ਸੀ ਅਤੇ ਦੂਜੇ ਮਹਾਂਪੁਰਖਾਂ ਨੇ ਜਾਣਾ ਸੀ ਕਿਸੇ ਪਾਸੇ। ਮੈਂ ਸਿੰਘ ਕਹਿੰਦੇ ਅਸੀਂ ਗੱਡੀ ਉਹਨਾਂ ਨੂੰ, ਮੈਂ ਉਹਨਾਂ ਨਾਲ ਲੈ ਜਾਓ, ਮੈਂ ਤੁਰ ਕੇ ਚੱਲ ਜਾਵਾਂਗਾ। ਮੈਂ ਤੁਰਿਆ ਜਾਂਦਾ ਸੀ,
ਤੇ ਮੈਨੂੰ ਪਤਾ ਹੀ ਨਾ ਲੱਗਾ ਜਦੋਂ ਨੇੜੇ ਗਿਆ ਮੈਂ ਸਪੀਕਰ ਸੁਣਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਸਿੰਘਾ ਇਹਦੀ ਆਵਾਜ਼ ਹੀ ਕਿਉਂ ਨਹੀਂ ਆਉਂਦੀ ਕਹਿੰਦਾ ਜੀ ਲੋਕ ਸੁਣਦੇ ਹੀ ਨਹੀਂ ਲੋਕ ਸਾਨੂੰ ਕਹਿੰਦੇ ਥੱਲੇ ਹੀ ਰੱਖਦੇ ਆ ਕਰੋ ਇਹ ਹਾਲਾਤ ਆ ਸਾਡੇ ਫਿਰ ਸੁੱਖ ਕਿੱਥੇ ਹੋਣਗੇ ਅਸੀਂ ਦੁਖੀ ਤਾਂ ਆਏ ਗੁਰਮੁਖੋ ਝਾਤੀ ਮਾਰੋ ਅੱਜ ਆਪਣੇ ਹਿਰਦਿਆਂ 'ਚ ਸਿੱਖ ਨੂੰ ਤਾਂ ਚਾਅ ਚੜ੍ਹ ਜੇ ਵੀ ਸਾਡੇ ਗੁਆਂਢੀਆਂ ਦੇ ਖੰਡ ਪਾਠ ਸਾਹਿਬ ਹੋਣਾ ਸਾਡੇ ਮੁਹੱਲੇ 'ਚ ਖੰਡ ਪਾਠ ਸਾਹਿਬ ਹੋਣਾ ਚਾਰ ਦਿਨ ਸਾਡੇ ਕੰਨਾਂ 'ਚ ਆਵਾਜ਼ ਪਊਗੀ ਮਨਾ ਕੋਈ ਨਾ ਕੋਈ ਪਾਪੀ ਹਿਰਦਾ ਤਰ ਜਾਏਗਾ ਇੱਦਾਂ ਚਾਹ ਚੜ੍ਹ ਜੇ ਕਿਸ ਦੇ ਘਰੇ ਗੁਰੂ ਗ੍ਰੰਥ ਸਾਹਿਬ ਆਉਣ ਚਾਹ ਚੜ੍ਹ ਜੇ ਲੀਡਰ ਆਉਂਦੇ ਨੇ ਚਾਹ ਚੜ੍ਹ ਜਾਂਦਾ ਰਿਸ਼ਤੇਦਾਰ ਆਉਂਦੇ ਨੇ ਚਾਹ ਚੜ੍ਹ ਜਾਂਦਾ ਕਿਤੇ ਗੁਰੂ ਦਾ ਚਾਹ ਚੜ੍ਹੇ ਸਾਨੂੰ ਫਿਰ ਕਿਤੇ ਭੱਜਣ ਦੀ ਲੋੜ ਨਹੀਂ ਫਿਰ ਇੱਕੋ ਗੁਰੂ ਕੋਲੇ ਜਾਂ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਈ ਫਿਰ ਜਾ ਕੇ ਗੱਲ ਬਣਨੀ ਨਹੀਂ ਬਣਨੀ ਨਹੀਂ ਜਿੱਥੇ ਮਰਜ਼ੀ ਤੁਰੇ ਫਿਰਿਓ ਤੇ ਇੱਕ ਗੱਲ ਹੋਰ ਚੇਤੇ ਰੱਖਿਓ ਜਿਸ ਮਨੁੱਖ ਦੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਆ ਕੇ ਝੋਲੀ ਨੇ ਨਾ ਭਰੀ ਇਸ ਦਰ ਤੋਂ ਆ ਕੇ ਜਿਹਦੀ ਝੋਲੀ ਨਹੀਂ ਭਰੀ ਜਿੰਨੇ ਮਰਜ਼ੀ ਗੁਰੂ ਬਣਾ ਲਿਓ ਹੋਰ ਕਿਤੋਂ ਜਾ ਕੇ ਭਰਨੀ ਵੀ ਨਹੀਂ ਗੀ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਕਿਤੋਂ ਹੋਰ ਨਹੀਂ ਝੋਲੀ ਭਰਨੀ ਗੁਰੂ ਨਾਨਕ ਦੇ ਦਰ ਤੋਂ ਛੱਡ ਕੇ ਮਨਮੁਖ ਹੋਏ ਬੰਦੇ ਦਾ ਇੱਦਾਂ ਨਹੀਂ ਗੱਲ ਤੁਰੋ ਵਿਚਾਰ ਸਮਾਂ ਸੀਮਤ ਹੈ ਗੱਲਾਂ ਤਾਂ ਬਹੁਤ ਨੇ ਦਿਲ ਵਿੱਚ ਬਲਬਲੇ ਬਹੁਤ ਨੇ ਸਾਡੀ ਤਰਾਸਦੀ ਹੈ ਹੋਰ ਕੋਈ ਗੱਲ ਨਹੀਂ ਰਹੋ ਵਿਚਾਰ।